ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੋਲਜ ਵਿਲਾ ਉੱਪਰ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਬਾਬਾ ਫਰੀ ਯੂਨੀਵਰਸਿਟੀ ਵੱਲੋਂ ਜੋ ਪਿਛਲੇ ਦਿਨੀ ਸਟਾਫ ਨਰਸਸ ECG ਟੈਕਨੀਸ਼ੀਅਨ ਮੈਡੀਕਲ ਫਿਜ਼ਿਸਟ ਵਾਸਤੇ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਸੀ ਉਹਨਾਂ ਬਾਰੇ ਇੱਕ ਜਿਹੜੀ ਨਵੀਂ ਅਪਡੇਟ ਆਈ ਹੈ ਉਸ ਬਾਰੇ ਜਾਣਕਾਰੀ ਦੇਣ ਜਾ ਰਿਹਾ ਹਾਂ ਤੋ ਦੋਸਤੋ ਇਸ ਸੰਬੰਧ ਮੇ ਤੁਹਾਨੂੰ ਪੂਰੀ ਜਾਣਕਾਰੀ ਦਵਾਂ ਪਰ ਇਸ ਤੋਂ ਪਹਿਲਾਂ ਮੈਂ ਚਾਹੁੰਨਾ ਹੈ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦੀ ਨਾਲ ਬੈਲ ਆਈਕਨ ਤੇ ਬੋਤਾਂਗੇ ਆਉਣ ਵਾਲੀ ਹਰ ਇੱਕ ਜੋ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਅਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਬਾਬਾ ਫਰੀ ਯੂਨੀਵਰਸਿਟੀ ਫਰੀਦ ਕੋਰਪੋਰੇਸ਼ਨ ਵੱਲੋਂ ਸਟਾਫ ਨਰਸਸ ਈਸੀ ਟੈਕਨੀਸ਼ੀਅਨ ਮੈਡੀਕਲ ਫਿਜੀਸਟ ਦੀਆਂ ਜੋ ਪ੍ਰਤੀਯਾਗੀਆਂ ਸੀ ਇਹਨਾਂ ਸੰਬੰਧੀ ਜਿਹੜਾ ਐਗਜ਼ਾਮ ਡੇਟ ਜਿਹੜੀ ਸੀਗੀ ਉਹਨਾਂ ਨੇ ਪਹਿਲਾਂ ਹੀ ਅਨਾਉਂਸ ਕਰ ਦਿੱਤੀ ਸੀ ਪਰ ਅੱਜ ਇੱਥੇ ਇਹਨਾਂ ਨੇ ਆਪਣੀ ਆਫੀਸ਼ਲ ਵੈਬਸਾਈਟ ਉੱਪਰ ਰੋਲ ਨੰਬਰ ਐਡਮਿਟ ਕਾਰਡ ਜਿਹੜੇ ਅਪਲੋਡ ਕਰ ਦਿੱਤੇ ਹਨ ਤਾਂ ਦੋਸਤੋ ਜਿਨ੍ਹਾਂ ਵੀ ਕੈਂਡੀਡੇਟਸ ਨੇ ਇਹਨਾਂ ਭਰਤੀਆਂ ਵਾਸਤੇ ਅਪਲਾਈ ਕੀਤਾ ਸੀ ਉਹ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ bfuhs.ac.in ਉੱਪਰ ਜਾ ਕੇ ਆਪਣੇ ਜਿਹੜੇ ਰੋਲ ਨੰਬਰ ਡਾਊਨਲੋਡ ਕਰ ਸਕਦੇ ਨੇ ਤਾਂ ਦੋਸਤੋ ਤੁਸੀਂ ਰੋਲ ਨੰਬਰ ਡਾਊਨਲੋਡ ਕਰਨ ਲਈ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਉੱਪਰ ਜਾਣਾ ਹੈ ਇੱਥੇ ਤੁਹਾਨੂੰ ਕਲਿਕ ਹੇਅਰ ਟੂ ਡਾਊਨਲੋਡ ਰੋਲ ਨੰਬਰ 4 ਰਿਕਰੂਟਮੈਂਟ ਟੈਸਟ ਫੋਰ ਵੇਰੀਅਸ ਪੈਰਾਮੈਡੀਕਲ ਪੋਸਟਸ ਡੇਟਡ 7/4/2022 ਇਸ ਲਿੰਕ ਉੱਪਰ ਤੁਸੀਂ ਕਲਿਕ ਕਰਨਾ ਹੈ ਨੈਕਸਟ ਤੁਹਾਡੇ ਕੋਲ ਰਜਿਸਟ੍ਰੇਸ਼ਨ ਆਈਡੀ ਅਤੇ ਪਾਸਵਰਡ ਮੰਗੇਗਾ ਤੇ ਤੁਸੀਂ ਇੱਥੇ ਆਪਣੀ ਜਿਹੜੀ ਰਜਿਸਟ੍ਰੇਸ਼ਨ ਆਈਡੀ ਅਤੇ ਪਾਸਵਰਡ ਫਿਲ ਕਰਕੇ ਆਪਣਾ ਜਿਹੜਾ ਰੂਲ ਨੰਬਰ ਡਾਊਨਲੋਡ ਕਰ ਸਕਦੇ ਹੋ ਤਾਂ ਦੋਸਤੋ ਏਸੀ ਬਾਬਾ ਫਰੀ ਯੂਨੀਵਰਸਿਟੀ ਵੱਲੋਂ ਰੂਲ ਨੰਬਰ ਆਉਣ ਨੂੰ ਲੈ ਕੇ ਇਹ ਇੱਕ ਨਵੀਂ ਅਪਡੇਟ ਅਤੇ ਇਸੇ ਤਰ੍ਹਾਂ ਤੁਸੀਂ ਹੋਰ ਨਾ ਜੌਬਸ ਦੀ ਅਪਡੇਟs ਸੰਬੰਧੀ ਜਾਣਕਾਰੀ ਲੈਣ ਲਈ ਸਾਡੇ ਇਸ ਚੈਨਲ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ